ਮਨਪ੍ਰੀਤ ਸਿੰਘ ਜਿਹੜੇ ਕੰਡਕਟਰ ਸੀਗੇ ਉਹਨਾਂ ਨਾਲ ਜਿਹੜਾ ਪਿੰਡ ਢੇਰ ਬੱਸ ਅੱਡੇ 'ਤੇ ਰੋਕ ਕੇ ਜਿਹੜਾ ਹੈਗਾ ਮੈਨ ਹੈਂਡਲਿੰਗ ਹੋਈ ਸੀ, ਜਿਸ ਸੰਬੰਧੀ ਜਿਹੜਾ ਤੁਹਾਡੀ ਯੂਨੀਅਨ ਆ ਉਹਨਾਂ ਵੱਲੋਂ ਜਿਹੜੀ ਹੈਗੀ ਸਟ੍ਰਾਈਕ ਆਊਟ ਕੀਤੀ ਸੀਗੀ, ਜਿਹੜੀ ਯੂਨੀਅਨ ਆ ਉਹਨੇ ਆਪਣੇ ਜਿਹੜਾ ਪੱਖ ਹੈਗਾ ਉਹ ਪ੍ਰਸ਼ਾਸਨ ਦੇ ਸਾਹਮਣੇ ਰੱਖਿਆ ਸੀਗਾ, ਜਿਸ ਸੰਬੰਧੀ ਸਾਡੀ ਲਗਾਤਾਰ ਹੀ 3 ਦਿਨ ਤੋਂ ਜਿਹੜਾ ਹੈਗਾ ਮੀਟਿੰਗਸ ਹੋ ਰਹੀਆਂ ਸੀਗੀਆਂ। ਤਾਂ ਹੁਣ ਅਸੀਂ ਜੋ ਪਿੰਡ ਦੀ ਪੰਚਾਇਤ ਵੀ ਵਿੱਚ ਇਨਵੋਲਵ ਕੀਤੀ, ਮੋਤਵਾਰ ਬੰਦੇ ਜਿਹੜੇ ਸੀਗੇ ਉਹ ਇਨਵੋਲਵ ਕੀਤੇ, ਜਿਹਨਾਂ ਵੱਲੋਂ ਇਹ ਸਾਰਾ ਜਿਹੜਾ ਮੈਨ ਹੈਂਡਲਿੰਗ ਫਿਰ ਤੋਂ ਆਪਾਂ ਆਪਣੇ ਜਿਹੜੀ ਸਟ੍ਰਾਈਕ ਹੈ ਸਾਡੀ ਅੱਜ ਜਦ ਮਸਲਾ ਹੱਲ ਹੋ ਗਿਆ ਕਿ ਜਿਹੜੀ ਸਾਡੀ ਸਟ੍ਰਾਈਕ ਹੈ ਅੱਜ ਤੋਂ ਜਿਹੜੀ ਹੈਗੀ ਉਹ ਖਤਮ ਹੈ। ਅਤੇ ਨਾਲੇ ਹੁਣ ਮੈਂ ਢੇਰ ਪਿੰਡ ਵਾਸੀਆਂ ਦੇ ਵੀ ਸਾਡੇ ਵਿਰੁੱਧ ਬੜਾ ਜਾ ਕਹਿੰਦੇ, ਇਹਨਾਂ ਦੇ ਦਿਲ 'ਚ ਰੋਸਾ ਜ਼ਿਆਦਾ ਹੈ। ਅਤੇ ਨਾਲੇ ਇੱਕ ਗੱਲ ਹੋਰ ਹੈ, ਇਹਨਾਂ ਦੇ ਪਿੰਡ ਭਰਾਵਾ ਖੜ ਕੇ 10 ਮਿੰਟ ਲਾ ਲਿਆ ਕਰੋ ਯਾਰ, ਅੱਗੇ ਜਿਹੜਾ ਰੋਸਾ 12 ਮਿੰਟ ਹੈਗਾ ਇਹਨਾਂ ਦੀ ਕਦਰ ਕੱਢ ਦਿਓ ਭਰਾਵਾ, 10 ਮਿੰਟ ਇਹਦੇ ਪਿੰਡ ਲਾ ਲਿਆ ਕਰੋ। ਧੰਨਵਾਦ ਜੀ। ਤੌਰ 'ਤੇ ਬੰਦ ਸੀ ਵੀ ਅਸੀਂ ਚਾਹੁੰਦੇ ਸੀ ਵੀ ਜਿਹੜੇ ਸ਼ਰਾਰਤੀ ਅੰਤਰਾਂ ਨਾਲ ਕੋਈ ਗੱਲਬਾਤ ਉੱਤੇ ਕੀਤੀ ਆ ਉਹਨਾਂ 'ਤੇ ਜਿਹੜੀ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ। ਸੋ ਅੱਜ 3 ਦਿਨ ਬਾਅਦ ਅੱਜ ਜਿਹੜੇ ਹੈਗੇ ਆ ਪਿੰਡ ਦੇ ਪਚਵੰਤੇ ਸੱਜਣ, ਪਿੰਡ ਦੀ ਪੰਚਾਇਤ, SHO ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਤੇ ਆਪਣੇ GM ਸਾਹਿਬ ਅਤੇ ਹੋਰ ਸਾਡੇ ਜਥੇਬੰਦੀਆਂ ਦੇ ਜਿਹੜੇ ਮੈਂਬਰ ਹੋਰ ਡਿਪੋ 'ਚ ਵੀ ਸਾਡੇ ਆਏ ਆ, ਉਹਨਾਂ ਸਾਹਮਣੇ ਜਿਹੜੀ ਫਿਰ ਪੰਚਾਇਤ ਨੇ ਮੰਨਿਆ ਗੱਲ ਵੀ ਜਿਹੜਾ ਇੱਕ ਤਾਂ 2 ਦਿਨ ਜਿੱਦਾਂ ਡਿਪੂ ਬੰਦ ਹੋਣ ਕਰਕੇ ਜਿਹੜਾ ਮਹਿਕਮੇ ਦਾ ਨੁਕਸਾਨ ਹੋਇਆ ਵੀ ਜਿਹੜੇ ਮਹਿਕਮੇ ਨੁਕਸਾਨ ਦੀ ਜਿਹੜੀ ਉਹ ਭਰਪਾਈ ਹੈ ਉਹ ਜਿਹੜੇ ਹੈਗੇ ਉਹਨਾਂ ਵੱਲੋਂ ਕੀਤੀ ਜਾਊਗੀ। ਅਤੇ ਪਹਿਲਾਂ ਇਹ ਲਿਖਤੀ ਰਾਜੀਨਾਮੇ ਦੇ ਵਿੱਚ ਹੋਇਆ। ਦੂਜੀ ਗੱਲ ਜਿਹੜਾ ਸਭ ਤੋਂ ਵੱਡਾ ਵਿੱਚ ਬਲੇਮ ਜੇ ਚੱਲਦਾ ਪਿਆ ਸੀ ਕਿ ਜਿਹੜਾ ਕੰਡਕਟਰ ਹੈ ਉਹਨੇ ਜਿਹੜੇ ਹੈ ਲੜਕੀ ਨਾਲ ਕੋਈ ਛੇੜਛਾੜ ਜਿਹੜੀ ਕੀਤੀ ਆ, ਸੋ SHO ਸਾਹਿਬ ਨੇ ਵੀ ਬਰੀਫ ਕੀਤਾ ਅਤੇ ਉਹਨਾਂ ਦੇ ਵੀ ਧਿਆਨ 'ਚ ਸਾਰੀ ਗੱਲ ਉਹਨਾਂ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਜਿੰਨੀ ਵੀ ਉਹ ਕੀਤਾ ਸਾਰਾ ਉਹਦੀ ਜਾਂਚ ਕੀਤੀ ਆ, ਉਹਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਗਲਤੀ ਕੰਡਕਟਰ ਵੱਲੋਂ ਲੜਕੀ ਨਾਲ ਕੋਈ ਛੇੜਛਾੜ ਜਿਹੜੀ ਕੋਈ ਨਹੀਂ ਕੀਤੀ ਸੀ, ਬੱਸ ਜਿਹੜੀ ਆ ਓਵਰਲੋਡ ਹੋਣ ਕਰਕੇ ਮਿਸਕਮਿਊਨੀਕੇਸ਼ਨ ਹੋ ਗਈ ਲਾਂਚ ਚੜਾਣ ਕਰਕੇ, ਜਿਸ ਕਰਕੇ ਜਿਹੜਾ ਉਹ ਇੰਸੀਡੈਂਟ ਹੋ ਗਿਆ। ਕੁੜੀ ਸ਼ਾਇਦ ਉਹ ਗਲਤ ਲੈ ਗਈ ਆਪਦੇ ਘਰਦਿਆਂ ਨੇ ਕਿਸੇ ਪਿੰਡ ਦੇ ਲੋਕਾਂ ਨੂੰ ਦੱਸਿਆ, ਉਹ ਦੱਸਣ ਕਰਕੇ ਜਿਹੜੇ ਪਿੰਡ ਦੇ ਲੋਕ ਆ ਉਹ ਗਲਤ ਆ ਗਏ, ਉਹਦੇ ਵਿੱਚ ਕੁਛ ਥੋੜ੍ਹੇ ਸ਼ਰਾਰਤੀ ਜਿਹੜੇ, ਜਾਂ ਦੂਜੇ ਦਿਨ ਗੱਡੀ ਰੋਕੀ ਆ ਕੁਛ ਜਿਹੜੇ ਸ਼ਰਾਰਤੀ ਲੋਕ ਸੀ ਉਹ ਐਡ ਆਨ ਹੋ ਗਏ, ਉਹਨਾਂ ਨੇ ਜਿਹੜੇ ਕੰਡਕਟਰ ਨਾਲ ਕੁੱਟਮਾਰ ਕੀਤੀ ਹੈ। ਸੋ ਸਭ ਤੋਂ ਵੱਡੀ ਗੱਲ ਆ ਵੀ ਜਿਹੜੀ ਮੇਨ ਜਿਹੜਾ ਸੀਗਾ ਕੰਡਕਟਰ ਦੀ ਵੀ ਜਿਹੜੀ ਇੱਜ਼ਤ ਬਹਾਲ ਕਰਨ ਦਾ ਜਿਹੜਾ ਮਸਲਾ ਵੀ ਸਾਡੇ ਵੱਲੋਂ ਹੀ ਵਾਰ ਵਿੱਚ ਕਿਉਂਕਿ ਕੰਡਕਟਰ ਵੱਲੋਂ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ। ਸੋ ਉਹ ਬਰੀਫਲੀ ਜਿਹੜਾ ਹੈਗਾ SHO ਸਾਹਿਬ ਨੇ ਵੀ ਪਿੰਡ ਦੇ ਲੋਕਾਂ ਨੇ ਵੀ ਇਹ ਗੱਲ ਨੂੰ ਮੰਨਿਆ ਵੀ ਕੰਡਕਟਰ ਵੱਲੋਂ ਇਹੋ ਜਿਹੀ ਕੋਈ ਜਿਹੜੀ ਹਰਕਤ ਨਹੀਂ ਕੀਤੀ ਸੀ, ਇਸ ਕਰਕੇ ਫਿਰ ਸਾਰਾ ਕੁਛ ਹੋਣ ਦੇ ਬਾਵਜੂਦ ਫਿਰ ਜਿਹੜਾ ਹੈਗਾ ਅੱਜ ਜਿਹੜਾ ਹੈ ਉਹ ਰਾਜੀਨਾਮਾ ਕੀਤਾ ਗਿਆ ਜੀ। ਅਤੇ ਬੱਸਾਂ ਚੱਲ ਗਈਆਂ ਜੀ ਥੋੜ੍ਹੀਆਂ ਹੁਣ? ਹਾਂਜੀ, ਰਾਜੀਨਾਮਾ ਕਰਨ ਤੋਂ ਬਾਅਦ ਜਦੋਂ ਸਾਰਾ ਗੱਲ ਮਸਲਾ ਨਿਬੜ ਗਿਆ ਅਤੇ ਅੱਜ ਤੋਂ ਜਿਹੜੀ ਹੁਣ ਬੱਸਾਂ ਜਿਹੜੀ ਆ ਉਹ ਜਿਹੜੀ ਸਰਵਿਸ ਆ ਪਹਿਲਾਂ ਦੀ ਤਰ੍ਹਾਂ ਚਾਲੂ ਰਹੂਗੀ। ਠੀਕ ਹੈ, ਫਿਰ ਗੱਲ ਕਰ ਦਿੰਦਾ ਵੀ ਜਿਹੜਾ ਇੰਸੀਡੈਂਟ ਹੈ ਕਿਸੇ ਹੋਰ 4 ਸ਼ਰਾਰਤੀ ਲੋਕਾਂ ਕਰਕੇ ਜਿਹੜੀਆਂ ਅੱਜ ਬੱਸਾਂ ਜਿਹੜੀਆਂ 2 ਦਿਨ ਰੁਕੀਆਂ, ਬੱਸਾਂ ਰੋਕਣ ਕਰਕੇ ਜਿਹੜਾ ਇੱਕ ਤਾਂ ਮਹਿਕਮੇ ਦਾ ਨੁਕਸਾਨ ਹੋਇਆ ਅਤੇ ਦੂਜਾ ਅਸੀਂ ਲੋਕਾਂ ਤੋਂ ਵੀ ਮਾਫ਼ੀ ਮੰਗਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਵੀ ਇਨਸਾਫ਼ ਲੈਣ ਕਰਕੇ ਆਪਣੀ ਇੱਜ਼ਤਾਂ ਬਹਾਲ ਕਰਨ ਲਈ ਜਿਹੜਾ ਲੋਕਾਂ 'ਚ ਸਾਨੂੰ ਬੱਸਾਂ ਬੰਦ ਕਰਨ ਪਈਆਂ, ਜਿਹੜਾ ਤੁਹਾਨੂੰ ਉਹਦੇ ਵਿੱਚ ਜਿਹੜਾ ਤੁਹਾਨੂੰ ਚੱਲਣਾ ਪਿਆ, ਖੱਜਲ ਖੁਆਰੀ ਚੱਲਣੀ ਪਈ ਆ, ਉਹਦੇ ਲਈ ਤੁਹਾਤੇ ਅਸੀਂ ਮਾਫ਼ੀ ਚਾਹੁੰਦੇ ਹਾਂ। ਜੋ 29 ਤਰੀਕ ਨੂੰ ਜਿਹੜਾ ਹੈਗਾ ਢੇਰ ਬੱਸ ਅੱਡੇ 'ਤੇ ਕੁਛ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਬੱਸ ਕੰਡਕਟਰ ਮਨਪ੍ਰੀਤ ਸਿੰਘ ਸੀਗਾ ਉਹਦੀ ਕੁੱਟਮਾਰ ਕੀਤੀ ਗਈ ਸੀਗੀ ਅਤੇ ਇਹ ਇਲਜ਼ਾਮ ਲਾਏ ਗਏ ਸੀਗੇ ਵੀ ਕਿਸੇ ਜਿਹੜਾ ਕੁੜੀ ਨਾਲ ਉੱਥੇ ਛੇੜਛਾੜ ਹੋਈ ਹੈ, ਜਿਸ ਸੰਬੰਧੀ ਪੁਲਿਸ ਵੱਲੋਂ ਜਿਹੜਾ ਹੈਗਾ ਪ੍ਰੋਪਰ ਜਿਹੜੇ ਹੈਗੇ ਪੜਤਾਲ ਕੀਤੀ ਗਈ ਹੈ। ਮੌਕੇ ਦੀ ਪੜਤਾਲ ਤੋਂ ਜਿਹੜਾ ਹੈਗਾ ਅਸੀਂ ਸਾਰੇ ਫੈਕਟਸ ਵੈਰੀਫਾਈ ਕੀਤੇ ਹੈ ਅਤੇ ਇਹ ਗੱਲ ਸਾਹਮਣੇ ਆਈ ਸੀਗੀ ਵੀ ਜੋ ਲੜਕਾ ਮਨਪ੍ਰੀਤ ਬੱਸ ਕੰਡਕਟਰ ਹੈਗਾ ਉਹ ਡੇਲੀ ਉਸ ਰੂਟ 'ਤੇ ਜਾਂਦਾ ਹੈ
ਠੀਕ ਹੈ ਤੇ ਉੱਥੇ ਬੱਸ 'ਚ ਸਵਾਰੀਆਂ ਚੜ੍ਹਾਉਣ ਨੂੰ ਉਤਾਰਨ ਕਰਕੇ ਕਿਉਂਕਿ ਭੀੜ ਜ਼ਿਆਦਾ ਹੁੰਦੀ ਹੈ ਕੋਈ ਮਿਸਕਮਿਊਨੀਕੇਸ਼ਨ ਕੁੜੀ ਨਾਲ ਹੋਇਆ ਸੀਗਾ ਉਹਦੇ ਵਿੱਚ ਛੇੜਛਾੜ ਵਾਲੀ ਕੋਈ ਗੱਲ ਨਹੀਂ ਸੀਗੀ ਤਾਂ ਉਹ ਜਿਹੜਾ ਮਿਸਕਮਿਊਨੀਕੇਸ਼ਨ ਹੋਇਆ ਸੀਗਾ ਉਹ ਕੁੜੀ ਨੇ ਜਾ ਕੇ ਪਿੰਡ ਵਾਲਿਆਂ ਨੂੰ ਦੱਸਿਆ ਤਾਂ ਪਿੰਡ ਵਾਲਿਆਂ ਨੇ ਇਹ ਫੈਸਲਾ ਲਿਆ ਸੀਗਾ ਵੀ ਆਪਾਂ ਗੱਡੀ ਨੂੰ ਜਿਹੜਾ ਸਵੇਰੇ ਜਦੋਂ ਆਉਣੀ ਆ ਬੱਸ ਅੱਡੇ 'ਤੇ ਰੋਕ ਕੇ ਜਿਹੜਾ ਹੈਗਾ ਆਪਾਂ ਸਾਰੀ ਗੱਲਬਾਤ ਜਿਹੜੀ ਹੈਗੀ ਮੁੰਡੇ ਨਾਲ ਕਰਾਂਗੇ ਇੱਕ ਸੱਚਾ ਜਿਹੜਾ ਪਰ ਉਹਦੇ ਵਿੱਚ ਜਦੋਂ ਬੱਸ ਰੁਕੀ ਕੁਛ ਜਿਹੜੇ ਸੀਗੇ ਸ਼ਰਾਰਤੀ ਅਨਸਰ ਸੀਗੇ ਵਿੱਚ ਉਹ ਐਡ ਆਨ ਹੋ ਗਏ ਉਹਨਾਂ ਨੇ ਮੌਕੇ ਦਾ ਫਾਇਦਾ ਚੱਕ ਕੇ ਜਿਹੜਾ ਹੈਗਾ ਆ ਮਨਪ੍ਰੀਤ ਨਾਲ ਮੈਨ ਹੈਂਡਲਿੰਗ ਕਰਤੀ ਜਿਹਦੇ ਵਿੱਚ ਮਨਪ੍ਰੀਤ ਦੇ ਸੱਟਾਂ ਲੱਗੀਆਂ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਯੂਨੀਅਨ ਦੇ ਜਿਹੜੇ ਮੈਂਬਰ ਸੀਗੇ ਪੰਜ ਬੱਸ ਕੰਟਰੈਕਟ ਯੂਨੀਅਨ ਹੈਗੀ ਹੈ ਵਰਕਰਸ ਦੀ ਉਹਨੂੰ ਆਪਾਂ ਵਿੱਚ ਲੈ ਕੇ ਨਾਲ ਜੀ ਐਮ ਸਾਹਿਬ ਦੀ ਹਾਜ਼ਰੀ ਵਿੱਚ ਨਾਲ ਜਿਹੜੇ ਸਾਰੇ ਸਮੂਹ ਜਿਹੜੇ ਢੇਰ ਪਿੰਡ ਦੇ ਜਿਹੜੇ ਮੋਹਤਬਰ ਵਿਅਕਤੀ ਸੀਗੇ ਉਹਨਾਂ ਦੀ ਹਾਜ਼ਰੀ ਵਿੱਚ ਮਨਪ੍ਰੀਤ ਸਿੰਘ ਨੂੰ ਬੁਲਾ ਕੇ ਅਤੇ ਦੂਜੇ ਜਿਹੜੇ ਲੜਕੇ ਸੀਗੇ ਉਹਨਾਂ ਨੂੰ ਬੁਲਾ ਕੇ ਜਿਹੜਾ ਹੈਗਾ ਆ ਗੱਲਬਾਤ ਕੀਤੀ ਦੂਜੇ ਜਿਹੜੇ ਲੜਕੇ ਜਿਨ੍ਹਾਂ ਨੇ ਮਨਪ੍ਰੀਤ 'ਤੇ ਹਮਲਾ ਕੀਤਾ ਸੀਗਾ ਉਹਨਾਂ ਸਾਰੇ ਲੜਕਿਆਂ ਨੇ ਜਿਹੜਾ ਢੇਰ ਪਿੰਡ ਦੇ ਸੀਗੇ ਮਨਪ੍ਰੀਤ ਤੋਂ ਮਾਫ਼ੀ ਮੰਗ ਲਈ ਹੈ ਠੀਕ ਹੈ ਅਤੇ ਉਹਨਾਂ ਨੇ ਇਹ ਵੀ ਆਸ਼ਵਾਸਨ ਦਿੱਤਾ ਹੈ ਪਿੰਡ ਨੇ ਕਿ ਅੱਗੇ ਤੋਂ ਇਹੋ ਜਿਹੀ ਕੋਈ ਵੀ ਹਰਕਤ ਜਿਹੜੀ ਹੈਗੀ ਆ ਪਿੰਡ ਵਿੱਚ ਇਹ ਪਿੰਡ ਦੇ ਅੱਡੇ 'ਤੇ ਨਹੀਂ ਹੋਊਗੀ ਅਤੇ ਇਹ ਆਸ਼ਵਾਸਨ ਵੀ ਜਿਹੜਾ ਦਵਾਇਆ ਹੈਗਾ ਜਿਹੜਾ ਯੂਨੀਅਨ ਦੇ ਮੈਂਬਰਸ ਆ ਉਹਨਾਂ ਨੂੰ ਅਤੇ ਜਿਹੜਾ ਇਹਨਾਂ ਦਾ ਹੋਰ ਕੋਈ ਜੁਰਮਾਨਾ ਜਿਹੜਾ ਹੈਗਾ ਆ ਕੋਈ ਨੁਕਸਾਨ ਹੋਇਆ ਵਿੱਤੀ ਨੁਕਸਾਨ ਹੋਇਆ ਆ ਉਸ ਸੰਬੰਧੀ ਵੀ ਜੀ ਐਮ ਸਾਹਿਬ ਨਾਲ ਜਿਹੜਾ ਹੈਗਾ ਆ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਗੱਲਬਾਤ ਕੀਤੀ ਗਈ ਹੈ ਅਤੇ ਭਰੋਸਾ ਦਵਾਇਆ ਗਿਆ ਕਿ ਉਹਦੇ ਸੰਬੰਧੀ ਵੀ ਜੋ ਪ੍ਰੋਪਰ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਊਗੀ ਠੀਕ